ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਅੱਜ ਐਤਵਾਰ ਦੇ ਦਿਨ ਬਾਜ਼ਾਰ ਖੁੱਲ੍ਹੇ ਆ? ਮੇਰਾ ਨਾਮ ਰਾਜੀਵ ਨਾਰੰਗ ਹੈ ਜੀ। ਬਾਜ਼ਾਰ ਖੁੱਲ੍ਹੇ ਆ, ਖੁਸ਼ੀ ਦਾ ਮਾਹੌਲ ਹੈ ਕਿ ਚਲੋ ਠੀਕ ਹੈ। ਕਾਫੀ ਦਿਨਾਂ ਬਾਅਦ ਲੋਕਡਾਊਨ ਜਿਹੜਾ ਐਤਵਾਰ ਦਾ ਖੋਲ੍ਹਿਆ ਗਿਆ, ਪਰ ਲਾਸਟ ਸੰਡੇ ਹੁੰਦੇ ਕਰਕੇ ਮਤਲਬ ਥੋੜ੍ਹਾ ਜਿਹਾ ਅੱਧਾ ਬਾਜ਼ਾਰ ਬੰਦ ਆ, ਅੱਧਾ ਖੁੱਲ੍ਹਾ। ਬਾਕੀ ਦੇਖਦੇ ਹਾਂ ਅੱਗੇ ਕਿੱਸਾ ਬਣਦਾ। ਬਾਕੀ ਸਰਕਾਰ ਦਾ ਧੰਨਵਾਦ ਹੈ ਕਿ ਬਾਕੀ ਕੈਪਟਨ ਸਾਹਿਬ ਨੇ ਜੋ ਲੋਕਡਾਊਨ ਦਾ ਐਲਾਨ ਕੀਤਾ ਸੀਗਾ, ਪਰ ਡੀ ਸੀ ਸਾਹਿਬ ਨੇ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਐਤਵਾਰ ਦਾ ਲੋਕਡਾਊਨ ਖੁਲਵਾਇਆ। ਕਿਉਂਕਿ ਪ੍ਰੀਕੋਸ਼ਨ ਤਾਂ ਲੋਕਾਂ ਦੇ ਹੱਥ ਹੀਗੀ ਹੈ। ਮਤਲਬ ਜਿਹੜੇ ਜਿਸਾ ਕਰੋਨਾ ਕੇਸ ਜ਼ਰੂਰ ਘੱਟਦੇ ਪਏ ਆ, ਲੇਕਿਨ ਇਹਨੂੰ ਆਪਾਂ ਲਾਈਟਲੀ ਨਹੀਂ ਲੈਣਾ ਚਾਹੀਦਾ ਹੈਗਾ, ਅਤੇ ਆਪਣੀ ਪ੍ਰੀਕੋਸ਼ਨ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ, ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ, ਮਾਸਕ ਪਾ ਕੇ ਰੱਖਣਾ ਚਾਹੀਦਾ। ਇਹ ਚੀਜ਼ਾਂ ਦਾ ਦੇਖੋ ਜੀ, ਨੁਕਸਾਨ ਤਾਂ ਬਹੁਤ ਹੋਇਆ ਹੈਗਾ, ਹੁਣ ਉੱਪਰ ਉਹਦੀ ਭਰਪਾਈ ਤਾਂ ਇੰਨੀ ਜਲਦੀ ਹੋ ਨਹੀਂ ਸਕਦੀ ਹੈਗੀ, ਬਟ ਫਿਰ ਵੀ ਇੱਕ ਆਸ ਨਾਲ ਅਸੀਂ ਬੈਠੇ ਹੋਏ ਹਾਂ ਕਿ ਚਲੋ ਕੁਛ ਹੱਦ ਤੱਕ ਉਮੀਦ ਦੀ ਕਿਰਨ ਜਾਗੀ ਹੈ। ਦੇਖੋ ਜੀ, ਨਾਮ ਮੇਰਾ ਪ੍ਰਵੀਨ ਸਹਿਗਲ ਹੈ। ਪੰਜਾਬ ਸਰਕਾਰ ਵੱਲੋਂ ਜਿਹੜੀਆਂ ਇਹ ਨਵੀਂ ਗਾਈਡਲਾਈਨ ਆਈਆਂ, ਕਾਫੀ ਟਾਈਮ ਬਾਅਦ ਜਿਹੜਾ ਇਹ ਦੁਬਾਰਾ ਜਿਹੜਾ ਲੋਕਡਾਊਨ ਲੱਗਾ ਹੋਇਆ ਸੀ ਖੋਲ੍ਹਿਆ ਗਿਆ ਵਾ, ਬਾਜ਼ਾਰ ਕਾਫੀ ਖੁੱਲ੍ਹੇ ਨੇ। ਲੇਕਿਨ ਬਾਜ਼ਾਰ ਦੇ ਵਿੱਚ ਹੁਣ ਦੇਖਾਂਗੇ, ਕਸਟਮਰ ਤਾਂ ਕਾਫੀ ਘੱਟ ਹੈ, ਲੇਕਿਨ ਟਾਈਮ ਤਾਂ ਤੁਹਾਨੂੰ ਪਤਾ ਲੱਗਦਾ ਹੀ ਆ। ਕਾਫੀ ਟਾਈਮ ਬਾਅਦ ਜਿਹੜਾ ਦੁਬਾਰਾ ਲੋਕਡਾਊਨ ਲੱਗਾ ਖੁੱਲ੍ਹਿਆ ਗਿਆ, ਸਰਕਾਰ ਨੇ ਜਿਹੜਾ ਖੋਲ੍ਹਿਆ, ਇਹਨੂੰ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ। ਮਾਨ ਜੋ ਸਾਡੇ ਅੰਮ੍ਰਿਤਸਰ ਦੇ ਡੀ ਸੀ ਸਾਹਿਬ ਨੇ, ਉਹਨਾਂ ਨੇ ਇਸ ਚੀਜ਼ ਨੂੰ ਬੜਾ ਧਿਆਨ 'ਚ ਲਿਆ ਵਾ। ਕਰੋਨਾ ਦੀ ਮਹਾਂਮਾਰੀ ਜਿਹੜੀ ਚੱਲਦੀ ਵੀ ਸੀ, ਉਹਦੇ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਇਸ ਸਟੈਪ ਦਿੱਤਾ, ਬਹੁਤ ਵਧੀਆ ਲਿੱਤਾ। ਸਾਵਧਾਨੀਆਂ ਵੇਖੋ ਜੀ, ਇਹਦੇ ਵਿੱਚ ਤਾਂ ਅਜੇ ਬੰਦੇ ਨੂੰ ਪਰਹੇਜ਼ ਕਰਨਾ ਚਾਹੀਦਾ ਇਸ ਚੀਜ਼ ਦਾ, ਕਿ ਕਰੋਨਾ ਦਾ ਕੋਈ ਪਤਾ ਨਹੀਂ, ਤੀਜੀ ਲਹਿਰ ਵੱਲੋਂ ਵੀ ਕਿਹਾ ਜਾ ਰਿਹਾ, ਤੀਜੀ ਲਹਿਰ ਵੀ ਆ ਸਕਦੀ। ਇਸ ਕਰਕੇ ਮਾਸਕ ਲਗਾਏ ਜਾਣ, ਸੈਨੀਟਾਈਜ਼ਰ ਨਾਲ ਧੋਤੇ ਜਾਣ ਵਾਰ ਵਾਰ, ਅਤੇ ਸੈਨੀਟਾਈਜ਼ਰ ਲਗਾਇਆ ਜਾਏ, ਸਭ ਨਾਲ ਧੋਤੇ ਜਾਣ ਵਾਰ ਵਾਰ। ਇਹੀ ਸਰਕਾਰ ਵੱਲੋਂ ਵੀ ਇਹੀ ਦੱਸਾਂ ਕਿ ਆਮ ਆਦਮੀ ਨਾਗਰਿਕ ਨੂੰ ਇਹੀ ਚਾਹੀਦਾ। ਬਾਜ਼ਾਰ ਕੁਛ ਦੇਖੋ ਜੀ, ਅੱਜ ਲਾਸਟ ਇਤਵਾਰ ਹੋਣ ਕਰਕੇ ਵੀ ਜਿਹੜਾ ਬਾਜ਼ਾਰ ਕਾਫੀ ਹੱਦ ਤੱਕ ਲੋਕਾਂ ਨੇ ਖੋਲ੍ਹਿਆ ਨਹੀਂ ਹੈ, ਅਗਲੇ ਜਿਹੜਾ ਹਫ਼ਤੇ ਖੁੱਲ੍ਹੇਗਾ ਉਹਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਬਾਜ਼ਾਰ ਦੇ ਵਿੱਚ ਜਿਹੜਾ ਰੌਣਕ ਨਜ਼ਰ ਆਏਗੀ।